ਅੰਮ੍ਰਿਤਸਰ ਦੇ ਛਿਹਾਟਾ ਵਿਖੇ ਗੁਪਤ ਸੂਚਨਾ ਦੇ ਆਧਾਰ ਤੇ ਅੰਮ੍ਰਿਤਸਰ ਦੇ ਥਾਣਾ ਛਿਹਾਟਾ ਦੇ ASI ਬਲਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਵੇਚਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਦੇ ਗੋਦਾਮ ਵਿੱਚੋਂ 101 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ ਅਤੇ ਇਸ ਸੰਬੰਧੀ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਪ੍ਰਸ਼ਾਸਨ ਵੱਲੋਂ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਇਹ ਚਾਈਨਾ ਡੋਰ ਜੋ ਕਿ ਬਹੁਤ ਹੀ ਜਾਨਲੇਵਾ ਹੈ ਅਤੇ ਬੜਿਆਂ ਲੋਕਾਂ ਦੀ ਇਹਨੇ ਜਾਨ ਵੀ ਲਈ ਆ, ਪੰਗ ਵੀ ਬਣਾਇਆ, ਲੋਕਾਂ ਦੀ ਵੋਕਲ ਕੋਰਡ ਤੱਕ ਵੱਢੀ ਗਈ ਹੈ ਅਤੇ ਮੰਜੇ 'ਤੇ ਪਏ ਹੈ। ਬਹੁਤ ਜ਼ਿਆਦਾ ਜਾਨਲੇਵਾ ਹੈ, ਬੜੀ ਇਨਸਾਨੀਅਤ ਲਈ ਪੂਰੀ ਇਹ ਖਤਰਾ ਹੈ। ਉਹਦੇ ਖਿਲਾਫ਼ ਇੱਕ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਅਸੀਂ ਕੰਮ ਕਰਦੇ ਹੋਏ ਅੱਜ ASI ਬਲਵਿੰਦਰ ਸਿੰਘ ਸਾਡੇ ਜੋ ਵਡਾਲੀ ਚੌਂਕੀ ਇੰਚਾਰਜ ਲੱਗਾ ਉਹਨੇ ਇੰਡੀਆ ਗੇਟ ਨਾਕਾ ਲਾਇਆ ਹੋਇਆ ਸੀਗਾ ਅਤੇ ਉਹਦੇ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਸੁਖਦੇਵ ਸਿੰਘ ਸੁੱਖਾ ਨਾਮ ਦਾ ਲੜਕਾ ਹੈ ਜੋ ਕਿ ਜਿਸਦਾ ਦਸ਼ਮੇਸ਼ ਸਾਈਕਲ ਵਰਕਸ ਖੰਡਾਲਾ ਚੌਂਕ ਦੇ ਵਿੱਚ ਦੁਕਾਨ ਹੈਗੀ ਆ, ਪਰ ਉਹ ਆਪਣੇ ਇਸ ਕੰਮ ਦੀ ਆੜ ਦੇ ਵਿੱਚ ਚਾਈਨਾ ਡੋਰ ਦੀ ਵਿਕਰੀ ਬੜੀ ਹੈਵੀ ਸਕੇਲ 'ਤੇ ਕਰ ਰਿਹਾ। ਜੋ ਇਸ ਇਨਫੋਰਮੇਸ਼ਨ 'ਤੇ ਕੰਮ ਕਰਦੇ ਹੋਏ ਉਸ ਨੂੰ ਕਾਬੂ ਕੀਤਾ ਅਤੇ ਉਹਨੇ ਕਾਲੇ ਰੋਡ 'ਤੇ ਇੱਕ ਆਪਣਾ ਗੋਦਾਮ ਟਾਈਪ ਰੱਖਿਆ ਹੋਇਆ ਸੀ ਜਿੱਥੋਂ ਸਾਨੂੰ 101 ਗੱਟੂ ਬਰਾਮਦ ਹੋਏ ਆ, ਜੋ ਉਹਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।